ਕਿ ਮਤਲਬ ਕਿ اپلوڈ ਕਰਨ ਲੱਗਿਆ ਸੀ ਤਾਂ ਮੇਰੀ ਸਿਸਟਰ ਨੇ ਮੈਨੂੰ ਕਹਿੰਦੀ ਵੀ ਆਹ ਵੀਡੀਓ ਵੀ ਐਵੇਂ ਉਹਦਾ ਮਤਲਬ ਕਿ ਮੇ ਸਿਸਟਰ ਦੀ ਕਨਸੈਪਟ ਸੀਗਾ ਤੇ ਲਿਖਦੇ ਹੁੰਨੇ ਆ ਕੈਪਸ਼ਨ ਦੇ ਵਿੱਚ ਤੇ ਉੱਥੇ ਮੈਂ ਲਿਖਤਾ ਕੁਝ ਹੋਰ ਹੈ ਨਹੀਂ ਸੀ ਕਰਨ ਲਈ ਤਾਂ ਅੱਜ ਮੈਂ ਖਿਆ ਚਲਾ ਹੀ ਕਰ ਲੈਂਦੇ ਆ ਮਾ ਵੀ ਚਲਾ ਉਹੀ ਡੰਗ ਦਾ ਸਾਰ ਦੇਣਾ ਤੇ ਉਹ ਲਿਖਤਾ ਬਟ ਉਹ ਵੀਡੀਓ ਸਭ ਤੋਂ ਜ਼ਿਆਦਾ ਵਾਇਰਲ ਹੋਈ ਟਿਕਟੌਕ ਜਦੋਂ ਬੰਦ ਹੋਈ ਸੀ ਉਦੋਂ ਤੁਹਾਨੂੰ ਕਿਦਾਂ ਲੱਗਿਆ ਜੋ ਮਿਲਦੇ ਸੀਗੇ ਜਿਹੜੇ ਮੈਨੂੰ ਕਹਿੰਦੇ ਸੀ ਕਿ ਹਾਂ ਯਾਰ ਤੇਰੀਆਂ ਵੀਡੀਓ ਫੁੱਲ ਫੇਮਸ ਹੋਣ ਦੇ ਨੇ ਉਹੀ ਬੰਦੇ ਮੈਨੂੰ ਆ ਕੇ ਕਿਹਾ ਕਰਨ ਯਾਰ ਬਾਬੇ ਹੁਣ ਤੇ ਤੇਰਾ ਯਾਰ ਕੰਮ ਖਤਮ ਹੋ ਗਿਆ ਮਾਸਾ ਤਰੀ ਚੜਾਈ ਹੋਣ ਲੱਗੀ ਸੀ ਹੁਣ ਤੱਕ ਤੂੰ ਮੂਰੇ ਆਉਣ ਲੱਗਿਆ ਸੀਗਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਘਰੀ ਕਰਦਾ ਹੁੰਦਾ ਸੀਗਾ ਫੀਮ ਵਾਲਾ ਮੋਟਾ ਖੇਤ ਕਦੀ ਕਰਦਾ ਹੁੰਦਾ ਸੀਗਾ ਤੇ ਕਰਦਿਆਂ ਬਸ ਪੂਰੀ ਫੁੱਲ سپورਟ ਸੀ ਕਹਿੰਦੇ ਚਲੋ ਕੋਈ ਚੱਕਰ ਨਹੀਂ ਕਰੀ ਜਾ ਜਿਹੜਾ ਕਰਨਾ ਬਾਹਰ ਦੇ ਅੰਦਰ ਵੀ ਬਾਹਰ ਉਹ ਸੀਗੇ ਉਹ ਕਹਿੰਦੇ ਸੀਗੇ ਵੀ ਯਾਰ ਵੀ ਬਾਜੀ ਕਰਾਂ ਦੇ ਵਾਲੇ ਕੰਮ ਆ ਹਾਂਜੀ ਪੁੱਠੀਆਂ ਸਾਲਾਂੀਆਂ ਲਾਉਣੀਆਂ ਉਹੀ ਥੱਲੇ ਹੋ ਜੇ ਕਰਨਾ ਜੇ ਤੁਹਾਨੂੰ ਫੇਵਰੇਟ ਸਿੰਗਰ ਦੇ ਨਾਲ ਤੁਹਾਡੇ ਫੇਵਰੇਟ ਸਿੰਗਰ ਦੇ ਨਾਲ ਪ੍ਰੋਮੋਸ਼ਨ ਕਰਨ ਦਾ ਮੌਕਾ ਮਿਲੇ ਕਿਦਾਂ ਕਰੋਗੇ ਸਿੱਧਾ ਮੁਸਿਆਰ ਬੱਸ ਅ ਵੀ ਮੋਟੀਵੇਟਿਵਿਟੀ ਵਾਲਾ ਕਰਦੇ ਆ ਕਿ ਗਾਣੇ ਚ ਤੰਤ ਜਾਂ ਹੁੰਦਾ ਵੀ ਹਾਂ ਯਾਰ ਚੱਲੀ ਚੱਲਣ ਤੋਂ ਕਰਾਣ 1 2 ਵਜੇ ਕਿਤੇ ਮੈਂ ਉੱਥੇ ਟਾਂ ਤੇ ਪਿਆ ਤੇ ਉੱਪਰੀ ਸੌ ਗਿਆ ਉਹ ਕਿਤੇ ਬਾਲਟੀ ਚ ਲੱਤ ਵਜੀ ਉਹ ਬਾਲਟੀ ਖੜਕਾ ਕੀਤਾ ਫੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਟਾਂ ਤੇ ਹੀ ਪਿਆ ਕਰ ਤ ਤੇਰੇ ਤੇ ਤ ਤੇਰੇ ਤੇ ਗਾਇਨਾਂ ਲੱਗ ਗਏ ਇਹ ਤੇ ਲੈਣ ਨੂੰ ਹਟਾ ਦੇ ਫਿਰ ਤੁਹਾਡੇ ਕੰਪੀਟੀਟਰ ਵੀ ਹੋਣਗੇ ਇਸ ਲਾਈਨ 'ਚ ਫਿਰ ਪਹਿਲਾਂ ਘਰੇ ਕਰਦੇ ਹੁਣ ਖੇਤ 'ਚ ਕਰ ਲੈ ਉਸ ਤੋਂ ਬਾਅਦ ਚ ਮੁੰਡੇ ਹਣਾ ਸਾਰੇ ਕਾਰ ਲੱਗ ਗਏ ਮੈਨੂੰ ਉਹਨਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਬਾਈ ਮੈਂ ਵੀ ਭਾਈ ਬਹੁਤ ਨਸ਼ੇ ਕੀਤੇ ਆਗੇ ਹਨਾ 4 ਸਾਲ ਤੱਕ ਮੈਂ ਟੋਟਲੀ ਨਸ਼ੇ ਨਸ਼ੇ ਕੀਤੇ ਆਗੇ ਮਤਲਬ ਕੋਈ ਨਸ਼ਾ ਛੱਡਿਆ ਨਹੀਂ ਹੈਗਾ ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਜੇ ਹੋਰ ਉੱਬਰ ਦੇ ਸtare ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ ਆਓ ਗੱਲਬਾਤ ਕਰਾਨੇ ਆ ਸੁਖ ਚੋਲ ਜੀ ਸਤਿ ਸ਼੍ਰੀ ਅਕਾਲ ਸੁਖ ਚੋਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਚੜ੍ਹਦੇ ਕਿਲਾ ਅੱਛਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਹਾਡਾ ਅਸਲੀ ਨਾਮ ਸੁਖਜੋਹਰ ਹਾਂਜੀ ਵੈਸੇ ਮੈਨੂੰ ਪਿਆਰ ਨਾਲ ਸੁਖਜੋਹਰ ਕਹਿੰਦੇ ਆ ਜੀ ਬਟ ਪਿੰਡ ਦੇ ਵਿੱਚ ਮੈਨੂੰ ਪਿੰਡ ਦੇ ਵਿੱਚ ਜੇ ਤੁਸੀਂ ਕਦੋਂ ਵੀ ਪੁੱਛੋਗੇ ਸਾਨੂੰ ਸੁੱਖਾ ਕਹਿੰਦੇ ਆ ਫੁੱਲ ਨੇਮ ਸਤਵਿੰਦਰ ਸਿੰਘ ਆ ਜੀ ਅੱਛਾ ਤੁਸੀਂ ਇੰਸਟਾ ਤੇ ਵਾਇਰਲ ਕੱਦ ਤੋਂ ਹੋਣਾ ਸਟਾਰਟ ਹੋਇਆ ਇੰਸਟਾ ਤੇ ਜੇ ਪਹਿਲਾਂ ਮਤਲਬ ਕਿ ਮੈਂ ਟਿਕਟੌਕ ਯੂਜ਼ ਕਰਦਾ ਸੀਗਾ ਟਿਕਟੌਕ ਤੇ ਕੈਲਿਸਟੈਨਿਕ ਦੀਆਂ ਵੀਡੀਓ ਅਪਲੋਡ ਕਰਦਾ ਸੀ ਤੇ ਉਦੋਂ ਤੋਂ ਮੈਂ ਵਾਇਰਲ ਹੋ ਗਿਆ ਸੀਗਾ ਜੀ ਟਿਕਟੌਕ ਤੇ ਕਿਹੜੀ ਵੀਡੀਓ ਵਰਲੋ ਸੀ ਸਾਡੇ ਟਿਕਟੌਕ ਤੇ ਜੀ ਮਤਲਬ ਕਿ ਕੈਲਿਸਥੈਨਿਕ ਦੇ ਮਪ ਪੁਸ਼-ਅਪ ਲਾ ਰਿਹਾ ਸੀਗਾ ਉਹਦੇ ਵਿੱਚ 7-8 ਟਾਈਪ ਦੇ ਪੁਸ਼-ਅਪ ਲਾਇ ਸੀ ਲੱਗ-ਲੱਗ ਤਰ੍ਹਾਂ ਦੇ ਉਹ ਵੀਡੀਓ ਸਭ ਤੋਂ ਪਹਿਲਾਂ ਫਾਸਟ ਉਹ ਹੋਈ ਸੀਗੀ ਵਾਇਰਲ ਜੀ ਸਾਨੂੰ ਤੁਸੀਂ ਦੱਸੋ ਕਿ ਕੈਲਿਸਥੈਨਿਕ ਹੁੰਦਾ ਕੀ ਹੈ ਕਈਆਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਕਿ ਤੁਸੀਂ ਦੱਸ ਦਿਓ ਉਹਨਾਂ ਨੂੰ ਹਾਂਜੀ ਹਾਂਜੀ ਕੈਲਿਸਟੈਨਿਕ ਜੀ ਇੱਕ ਗੇਮ ਆ ਜਿਵੇਂ ਆਪਣੇ ਕ੍ਰਿਕਟ ਫੁੱਟਬਾਲ ਗੇਮ ਆਗੀ ਤੇ ਇਹ ਫੋਰਨ ਕੰਟਰੀਆਂ ਦੇ ਵਿੱਚ ਤਾਂ ਮਤਲਬ ਕਿ ਬਹੁਤ ਜ਼ਿਆਦਾ ਫੇਮਸ ਆ ਉਧਰ ਹਰੇਕ ਬੰਦੇ ਨੂੰ ਪਤਾ ਵੀ ਹਾਂ ਇਹ ਗੇਮ ਕੈਲਿਸਟੈਨਿਕਾ ਮਤਲਬ ਕਿ ਬਟ ਆਪਣੇ ਜਦੋਂ ਇਹ ਚੀਜ਼ ਮੈਂ ਕਰਦਾਗਾ ਜਿਨ੍ਹਾਂ ਨੂੰ ਪਤਾ ਨਾ ਚਲੋ ਠੀਕ ਆ ਬਟ ਜਿਨ੍ਹਾਂ ਨੂੰ ਨਹੀਂ ਪਤਾ ਜਦ ਮੈਂ ਟੂਰਨਾਮੈਂਟ ਤੇ ਆਣਾ ਕਿਤੇ ਹੋਰ ਜਾਂਦੇ ਆ ਤਾਂ ਉਹਨਾਂ ਲਈ ਸਿਰਫ ਇਹ ਇੱਕ ਕਰਤੱਬ ਹੁੰਦੇ ਆ ਜਾਂ ਸਟੰਟ ਹੁੰਦੇ ਆ ਫਲਿੱਪਾਂ ਆਉਂਦੀਆਂ ਇਹ ਚੀਜ਼ ਹੁੰਦੀ ਹੈ ਇਸ ਚ ਕੀ ਕੀ ਕੀਤਾ ਹੁੰਦਾ ਤੁਹਾਨੂੰ ਜਾਂਦਾ ਇਹਦੇ ਵਿੱਚ ਜੀ ਫ੍ਰੀ ਸਟਾਈਲ ਪੁਸ਼ਅਪ ਹੋ ਜਾਂਦੇ ਆ ਜੀ ਸਟ੍ਰੀਟ ਵਰਕਆਊਟ ਹੋ ਜਾਂਦਾ ਬਸ ਕੈਲਿਸਤਾਨੀ ਹੋ ਜਾਂਦੀ ਹੈ ਕੈਲਿਸਤਾਨੀ ਹੋ ਜਾਂਦੀ ਹੈ ਤੇ ਟਿਕਟੌਕ ਤੇ ਕਿਹੜੀ ਵੀਡੀਓ ਮਤਲਬ ਕਿ ਤੁਸੀਂ ਕਹਿ ਰਹੇ ਹੋ ਕੈਲਿਸਤਾਨੀ ਦੀ ਵਾਇਰਲ ਹੋਈ ਸੀ ਨਾ ਕਿਹੜੇ Song ਤੇ ਪਾਈ ਸੀ ਤੁਸੀਂ ਉਹ ਗਿੱਪੀ ਗਰੇਵਾਲ ਦਾ Song ਸੀਗਾ ਜੀ ਅ ਕਾਰਨਚ ਨਹੀਂ ਸੀਗਾ Song ਜਾਇ ਸੀਗਾ ਜੀ ਬਿੱਲੋ ਮੇਰੀ ਕਾਰਨਚ ਦੇ ਮੂੰਹ ਦੇਖ ਦੇਖ ਕੇ ਉਹ ਤੇ ਜੋਂ ਜੋਂ ਪੈਰਾ ਚੱਲੀ ਜਾ ਰਿਹਾ ਸੀ ਉਹ ਮੈਂ ਪੁਸਪ ਲੋਹਾ ਰਿਹਾ ਸੀ ਅੱਛਾ ਕਿੰਨੇ ਕੁ ਵੀ ਉਸ ਸੀਗੇ ਉਹ ਤੇ ਜੀ 4 ਲੱਖ ਲਾਈਕ ਆਏ ਸੀਗੇ ਜੀ ਹਾਂਜੀ ਤੇ ਉਸ ਤੇ ਕਮੈਂਟ ਕਿਹੋ ਜਿਹਾ ਸੀਗਾ ਕਮੈਂਟ ਬਹੁਤ ਵਧੀਆ ਸੀਗੇ ਜੀ ਉਹ ਤੇ ਮੈਂ ਜਦੋਂ ਵੀਡੀਓ ਬਣਾਈ ਕੇ ਮਤਲਬ ਕਿ ਅਪਲੋਡ ਕਰਨ ਲੱਗਿਆ ਸੀ ਤਾਂ ਮੇਰੀ ਸਿਸਟਰ ਮੈਨੂੰ ਕਹਿੰਦੀ ਵੀ ਆਹ ਵੀਡੀਓ ਵੀ ਐਵੇਂ ਉਹਦਾ ਮਤਲਬ ਕਿ ਮੇ ਸਿਸਟਰ ਦੀ ਕਨਸੈਪਟ ਸੀਗਾ ਕਿ ਅਲੱਗ-ਅਲੱਗ ਤਰ੍ਹਾਂ ਦੇ ਇਦਾਂ ਕਰਨਿਆਂ ਕਿ ਇੱਕ ਵੀਡੀਓ ਦੇ ਵਿੱਚ ਤੇ ਮੈਂ ਉਹਨੂੰ ਕਿਹਾ ਮਾ ਜੀਰ ਮੈਨੂੰ ਪਸੰਦ ਨਹੀਂ ਆਈ ਵੀਡੀਓ ਤੇ ਉਹ ਕਹਿੰਦੀ ਨਹੀਂ ਮਤਲਬ ਕਿ ਡੇਲੀ ਵੀਡੀਓ ਅਪਲੋਡ ਕਰਦੇ ਮਾ ਜੀਰ ਅੱਜ ਪਸੰਦ ਨਹੀਂ ਆਈ ਮੈਨੂੰ ਵੀਡੀਓ ਉਹ ਕਹਿੰਦੀ ਵੀ ਨਹੀਂ ਕਹਿੰਦੀ ਬਹੁਤ ਸੋਹਣੀ ਆ ਤੇ ਮੈਂ ਉਹਦੇ ਥੱਲੇ ਆਪੇ ਲਿਖਦੇ ਹੁੰਨੇ ਆ ਕੈਪਸ਼ਨ ਦੇ ਵਿੱਚ ਤੇ ਉੱਥੇ ਮੈਂ ਲਿਖਦਾ ਕੁਝ ਹੋਰ ਹੈ ਨਹੀਂ ਸੀ ਕਰਨ ਲਈ ਤਾਂ ਅੱਜ ਮੈਂ ਖਿਆ ਚਲਾ ਹੀ ਕਰ ਲੈਨੇ ਆ ਮਾ ਵੀ ਚਲਾ ਉਹੀ ਡੰਗ ਦਾ ਸਾਰ ਦੇਣਾ ਤੇ ਉਹ ਲਿਖਦਾ ਬਟ ਉਹ ਵੀਡੀਓ ਸਭ ਤੋਂ ਜ਼ਿਆਦਾ ਵਾਇਰਲ ਹੋਈ ਤੇ ਕਮੈਂਟ ਬਹੁਤ ਵਧੀਆ ਲੋਕਾਂ ਨੇ ਕਹਿੰਦੇ ਹੋਰ ਕੀ ਬਚਿਆ ਹੁਣ ਕਰਨ ਲਈ ਸਾਰਾ ਕੁਸਤਾ ਕਰਤਾ ਕਮੈਂਟ ਉਹਦੇ ਵਿੱਚ ਇਦਾਂ ਆਈ ਸੀ ਤੇ ਟਿਕਟੌਕ ਜਦੋਂ ਬੰਦ ਉਦੋਂ ਬਾਈ ਬਹੁਤ ਹਨਾ ਐਵੇਂ ਦੁੱਖ ਜਾ ਵੀ ਸੀਗਾ ਬਾਕੀ ਐ ਸੀਗਾ ਚਲੋ ਲੋਕਾਂ ਦੇ ਨਾਲ ਹੀ ਆ ਬਾਕੀ ਜੋ ਮਿਲਦੇ ਸੀਗੇ ਜਿਹੜੇ ਮੈਨੂੰ ਕਹਿੰਦੇ ਸੀ ਵੀ ਹਾਂ ਯਾਰ ਤੇਰੀਆਂ ਵੀਡੀਓ ਫੁੱਲ ਫੇਮਸ ਹੋਣ ਦੇ ਨੇ ਉਹੀ ਬੰਦੇ ਮੈਨੂੰ ਆ ਕੇ ਕਿਹਾ ਕਰਨ ਯਾਰ ਬਾਬੇ ਹੁਣ ਤਾਂ ਤੇਰਾ ਯਾਰ ਕੰਮ ਖਤਮ ਹੋ ਗਿਆ ਮਸਾਂ ਤਰੀ ਚੜ੍ਹਾਈ ਹੋਣ ਲੱਗੀ ਸੀ ਹੁਣ ਤੱਕ ਇਹ ਤੂੰ ਮੂਰੇ ਆਉਣ ਲੱਗਿਆ ਸੀਗਾ ਚੱਲ ਕੋਈ ਨਹੀਂ ਮਤਲਬ ਕਿ ਟੌਂਟ ਜਾਂ ਮਾਰਦੇ ਸੀ ਜਿਵੇਂ ਆਪਣਾ ਕਹਿ ਦਿੰਦੇ ਸੀ ਟੌਂਟ ਜਾਂ ਮਾਰ ਕੇ ਗੱਲ ਜੇ ਸੁਣਾ ਦਿੰਦੇ ਸੀ ਤੇ ਜਦੋਂ ਇੰਸਟਾਗ੍ਰam ਸਟਾਰਟ ਹੋਇਆ ਫਿਰ ਇੰਸਟਾਗ੍ਰam ਸਟਾਰਟ ਹੋਇਆ ਬਸ ਫਿਰ ਬਸ ਫਿਰ ਕੋਈ ਰਿਐਕਸ਼ਨ ਨਹੀਂ ਸੀਗਾ ਚੁੱਪ ਸੀ ਸਾਰੇ ਨਹੀਂ ਜਦੋਂ ਰੀਲਸ ਤੇ ਰੀਲਸ ਵਾਲੇ ਸਟਾਰਟ ਹੋਈਆਂ ਹਾਂਜੀ ਹਾਂਜੀ ਤੁਹਾਡੀ ਉਸ ਤੇ ਸਭ ਤੋਂ ਪਹਿਲੀ ਕਿਹੜੀ ਰੀਲ ਸੀਗੀ ਉਹ ਤੇ ਮੈਂ ਦੇਖੋ ਜੀ ਪਾਉਂਦੀ ਰਹਿੰਦਾ ਸੀ ਉਸ ਤੋਂ ਬਾਅਦ ਵੀ ਮੈਂ ਐ ਨਹੀਂ ਸੀਗਾ ਵੀ ਚਲੋ ਟਿਕਟੋਕ ਬੰਦ ਹੋ ਗਈ ਮੈਂ ਵੀਡੀਓ ਬੰਦ ਕਰ ਦਣਾ ਨਹੀਂ ਮੈਂ ਵੀਡੀਓ ਮਤਲਬ ਕਿ ਕੰਟੀਨਿਊ ਜਾਰੀ ਰੱਖੀਆ ਤੇ ਬਣਾਈ ਗਿਆ ਤੇ ਉਹ ਤੇ ਮੈਂ ਕਰਦੇ ਹੀ ਹੁੰਦਾ ਸੀ ਅਪਲੋਡ ਇੰਸਟਾਗ੍ਰam ਤੇ ਬਟ ਉਹਦੋਂ ਵਾਇਰਲ ਨਹੀਂ ਹੁੰਦੀ ਅਸੀਂ 2-3 ਮਹੀਨਿਆਂ ਤੱਕ ਮੇਰੀ ਕੋਈ ਵੀ ਵੀਡੀਓ ਵਾਇਰਲ ਨਹੀਂ ਹੋਈ ਇੰਸਟਾਗ੍ਰam ਤੇ ਪਰ ਫਿਰ ਵੀ ਮੈਂ ਪਾਉਂਦਾ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਚੈੱਕ ਦੇਣਾ ਟਾਇਰਾਂ ਵਾਲੀ ਵੀਡੀਓ ਸੀਗੀ ਉਹ ਟਾਇਰ ਵਾਲੀ ਵੀਡੀਓ ਮਤਲਬ ਕਿ ਵਾਇਰਲ ਹੋ ਗਈ ਉਹ ਵੀਡੀਓ ਤੋਂ ਬਾਅਦ ਮੈਨੂੰ ਮੈਸੇਜ ਆਉਣ ਲੱਗੇ ਵੀ ਬਾਈ ਯਾਰ ਤੂੰ ਕਿੰਨਾ ਟਾਈਮ ਹੋ ਗਿਆ ਕਿੱਧਰ ਗੈਪ ਰਿਹਾ ਹਨਾ ਤੇ ਵੀ ਇਤਰੀ ਹੁਣ ਅੱਜ ਜਿਹੜੀ ਲੰਬੀ ਆ ਗਈ ਇਸ ਤਰ੍ਹਾਂ ਬਾਈ ਉਸ ਤੋਂ ਬਾਅਦ ਫਿਰ ਵੀਡੀਓ ਵਾਇਰਲ ਹੁੰਦੀ ਹੈ ਤੇ ਇੰਸਟਾ ਤੇ ਕਿੰਨੇ ਕੁ ਈਵਜ਼ ਆ ਜਾਂਦੇ ਆ ਤੁਹਾਨੂੰ ਵਧੀਆ ਜਾਂਦੇ ਬਈ ਇਸ ਤਾਂ ਬਈ ਹੁਣ ਵੀਡੀਓ ਕੋਈ ਮਤਲਬ ਕਿ ਰੀਲ ਪਾਉਣਾ ਉਹ ਮਿਲੀਅਨ ਤੱਕ ਤਾਂ ਆਮ ਨਾਲ ਹੀ ਚੱਲੀ ਜਾਂਦੀ ਹੈ ਬਟ ਜਿਹੜੀਆਂ ਜਿਆਦਾ ਮਤਲਬ ਕਿ ਵਾਇਰਲ ਹੋਈਆਂ ਨੇ ਵੀਡੀਓ ਕੋਈ 13 ਮਿਲੀਅਨ 5.0 ਮਿਲੀਅਨ 8 ਮਿਲੀਅਨ ਇਤਾਂ ਚੱਲੀ ਜਾਂਦੀ ਹੈ ਸਭ ਤੋਂ ਇਨਾ ਚਾਹਤ ਜਿਆਦਾ ਕਿਹੜੀ ਵਾਇਰਲ ਹੋਈ ਹੈ 13 1.3 ਮਿਲੀਅਨ ਆ ਬਾਈ ਇੱਕ ਵੀਡੀਓ ਨੂੰ ਲਾਈਕ ਹਾਂਜੀ ਹਾਂਜੀ ਉਹ ਆ ਗਈ 1.3 ਮਿਲੀਅਨ ਹਾਂਜੀ ਹਾਂਜੀ ਤੇ ਇਹਦੇ ਕਮੈਂਟ ਕਿਹੋ ਜਿਹੇ ਆਏ ਸੀ ਇਤੇ ਕਮੈਂਟ ਵਿੱਚ ਤਾਂ ਬਈ ਇਹ ਜਿਹੇ ਪਾਸਾ ਮਤਲਬ ਕਿ ਲੈਂਗੁਏਜ ਸੀਗੀ ਜਿਹੜੇ ਮੈਨੂੰ ਸਮਝ ਨਹੀਂ ਆਉਂਦੀ ਸੀਗੀ ਵਿੱਚ ਗੋਰੇ ਦੇ ਕੋਈ ਉਰਦੂ ਸੀਗੀ ਮਤਲਬ ਕਿ ਕੋਈ ਹੋਰ ਹੀ ਲੈਂਗੁਏਜ ਸੀਗੀ ਹਨਾ ਅਰਬੀ ਉਰਬੀ ਇਹ ਜਿਹੀਆਂ ਕੋਈ ਲੈਂਗੁਏਜ ਦੇ ਕਮੈਂਟ ਆਏ ਵੇ ਆ ਗਏ ਤੇ ਉਹ ਮੈਨੂੰ ਤਾਂ ਸਮਝ ਨਹੀਂ ਆ ਬਾਕੀਆਂ ਦੇ ਮਤਲਬ ਕਿ ਆਏ ਸੀਗਾ ਵੀ ਯਾਰ ਇਹ ਇੰਨਾ ਜਿਆਦੇ ਆਏ ਸੀ ਪਰ ਲੈਂਗੁਏਜ ਲਈ ਕੁਝ ਕੀਤਾ ਨਹੀਂ ਨਹੀਂ ਕੁਝ ਨਹੀਂ ਕੀਤਾ ਬਈ ਮਾਹ ਚਲੋ ਕੋਈ ਨਹੀਂ ਬਸ ਦੇਖ ਕੇ ਛੱਡ ਦਿੰਦੇ ਸੀਗੇ ਵੈਸੇ ਹਿੰਦੀ ਪੰਜਾਬੀ ਇੰਗਲਿਸ਼ ਸਾਰੇ ਤਰ੍ਹਾਂ ਦੀ ਕਮੈਂਟ ਆਇਆ ਕਿਉਂਕਿ ਉਹ ਵੀਡੀਓ ਬਹੁਤ ਜ਼ਿਆਦਾ ਮਤਲਬ ਕਿ ਵਰਲਡ ਵਾਈਡ ਹੀ ਕਰ ਗਈ ਸੀ ਤੇ ਤੁਸੀਂ ਦੱਸਿਆ ਤੁਹਾਡੀ ਇਹ ਗੇਮ ਸੀ ਤੁਸੀਂ ਇਹ ਬਚਪਨ ਤੋਂ ਤੁਹਾਨੂੰ ਸ਼ੌਂਕ ਸੀ ਕਿ ਵੈਸੇ ਹੀ ਸਟਾਰਟ ਕੀਤੀ ਸੀ ਨਹੀਂ ਸ਼ੌਂਕ ਨਹੀਂ ਸੀਗਾ ਜੀ ਇਹ ਮੈਂ ਬਈ ਪਹਿਲਾਂ ਤਾਂ ਕਬੱਡੀ ਖੇਡਦਾ ਸੀਗਾ ਮਤਲਬ ਕਿ ਮੈਂ 3-4 ਸਾਲ ਤੱਕ ਕਬੱਡੀ ਖੇਢੀ ਆ ਗਈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਤੇ ਕਬੱਡੀ ਮਤਲਬ ਕਿ ਮੈਂ ਜਾਣਦਾ ਸੀ ਕਬੱਡੀ ਪੂਰੀ ਵਧੀਆ ਖੇਡਦਾ ਸੀ ਤੇ ਤੇ ਤੀਜੇ ਚੌਥੇ ਮੈਚ ਜਦੋਂ ਜਿਹੜਾ ਮੈਚ ਲਾਸਟ ਵਾਲਾ ਹੁੰਦਾ ਸੀਗਾ ਵੀ ਇੱਥੇ ਫਸਟ ਸੈਕਿੰਡ ਹੋਊਗਾ ਉੱਥੇ ਜਾ ਕੇ ਮੈਂ ਹਾਰ ਜਾਂਦਾ ਸੀ ਮਤਲਬ ਕਿ ਉਹ ਤੋਂ ਸੈਮੀਫਾਈਨਲ ਮੈਚ ਹਾਰ ਜਾਂਦਾ ਸੀ ਤੇ ਤਿੰਨ ਚਾਰ ਸਾਲਾਂ ਬਾਅਦ ਮੈਂ ਉਸ ਤੋਂ ਬਾਅਦ ਟੀਮ ਟੂਮ ਟੁੱਟ ਗਈ ਵੀ ਕਹਿੰਦਾ ਯਾਰ ਵੀ ਨਹੀਂ ਕੋਈ ਕੁਝ ਨਹੀਂ ਬਣ ਰਿਹਾ ਹੈਗਾ ਬਸ ਖਤਮ ਹੋ ਗਿਆ ਫਿਊਚਰ ਤੇ ਉਸ ਤੋਂ ਬਾਅਦ ਚਲੋ ਹਟ ਗਏ ਉਸ ਤੋਂ ਬਾਅਦ ਇੱਕ ਵਾਰ ਮਤਲਬ ਕਿ ਬੰਦਾ ਸੀਗਾ ਮਾਈਕਲ ਉਹਦਾ ਨਾਮ ਹਾਂਜੀ ਤੇ ਹੁਣ ਵੀ ਮੈਂ ਉਹਨੂੰ ਫੋਲੋ ਕਰਦਾ ਹਾਂ ਉਹ ਬੰਦੇ ਨੂੰ ਤੇ ਉਹ ਉਹਦੀ ਮੇਰੇ ਉਹਦੀ ਕਲਿੱਪ ਸੀਗੀ ਇੱਕ ਮਤਲਬ ਕਿ ਕੈਲੇਸਟੈਨਿਕਸ ਤਾਂ ਨਹੀਂ ਕਰਦੇ ਉਹ ਮੇਰੇ ਫੋਨ 'ਚ ਸੀਗੀ ਤੇ ਉਹ ਮੈਨੂੰ ਉਦੋਂ ਉਦੋਂ ਚਾਹ ਹੁੰਦਾ ਸੀਗਾ ਵੀ ਯਾਰ ਵੀ ਜੇ ਕਦੇ ਬਣਿਆ ਵੀ ਆਹ ਬੰਦੇ ਵਰਗਾ ਬਣਨਾਗਾ ਇਸ ਤਰ੍ਹਾਂ ਬਸ ਉਹਨੂੰ ਦੇਖ ਕੇ ਸਟਾਰਟ ਕੀਤੀ ਸੀ ਤੇ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਗੁਰੂ ਹੁੰਦਾ ਹੈ ਤੁਹਾਡਾ ਵੀ ਕੋਈ ਗੁਰੂ ਹੋਵੇਗਾ ਗੁਰੂ ਭਾਈ ਮੈਂ YouTube ਨੂੰ ਕਹਿ ਸਕਦਾ YouTube ਤੋਂ YouTube ਤੇ ਦੇਖ ਕੇ ਸਿੱਖਦੇ ਸੀ ਹਾਂਜੀ ਹਾਂ ਕਿਉਂਕਿ ਸਭ ਤੋਂ ਪਹਿਲਾਂ ਮੈਂ ਕਿੱਕਅਪ ਸਿੱਖਿਆ ਸੀਗਾ ਮੇਰੇ ਜਿਆਦਾ ਖੇਤ ਮੈਂ ਪੱਲੀ ਲੈ ਕੇ ਗਿਆ ਤੇ ਉੱਥੇ ਮਤਲਬ ਕਿ ਪੱਕੇ ਥਾਂ ਤੇ ਉੱਥੇ ਕਿ ਕੋਈ YouTube ਤੋਂ ਹੀ ਦੇਖ ਕੇ ਕਿੱਕਅਪ ਫਿਰ ਹੋਰ ਕੋਈ ਚੀਜ਼ YouTube ਸਾਰੀ ਟੋਟਲੀ ਚੀਜ਼ ਡਾਈਟ ਵੀ ਇੱਥੇ ਤੱਕ ਕਿ YouTube ਤੋਂ ਹੀ ਜੇ ਤੁਸੀਂ ਇਹ ਖੇਤ ਚ ਕਰਦੇ ਸੀਗੇ ਹਾਂਜੀ ਤਾਂ ਸਾਨੂੰ ਕੀ ਕਹਿੰਦੇ ਸੀ ਕਰਦੇ ਕੀ ਕਹਿੰਦੇ ਸੀ ਕਰਦੇ ਕਰ ਦਿੰਦੇ ਬਾਈ ਫੋਲੋ ਸਪੋਰਟ ਸੀਗੀ ਹਨਾ ਵੀ ਚਲੋ ਕੋਈ ਨਹੀਂ ਵਧੀਆ ਠੀਕ ਆਗਾ ਹਨਾ ਵੀ ਕਰੀ ਜਾ ਪਹਿਲਾਂ ਮੈਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਕਰੀ ਕਰਦਾ ਹੁੰਦਾ ਸੀਗਾ ਤੇ ਮਾੜਾ ਮੋਟਾ ਖੇਤ ਕਦੀ ਕਰਦਾ ਹੁੰਦਾ ਸੀਗਾ ਤੇ ਕਰਦੇ ਮੈਂ ਪੂਰੀ ਫੁੱਲ ਸਪੋਰਟ ਸੀ ਕਹਿੰਦੇ ਚਲੋ ਕੋਈ ਚੱਕਰ ਨਹੀਂ ਕਰੀ ਜਾ ਜਿਹੜਾ ਕੋ ਕਰਨਾ ਦਾ ਤੇ ਬਾਹਰ ਦੇ ਬਾਹਰ ਦੇ ਆਂਦੇ ਬਾਈ ਬਾਹਰ ਉਹ ਸੀਗੇ ਉਹ ਕਹਿੰਦੇ ਸੀਗੇ ਵੀ ਯਾਰ ਵੀ ਬਾਜੀਗਰਾਂ ਵਾਲੇ ਕੰਮ ਆ ਹਾਂਜੀ ਪੁੱਠੀਆਂ ਸਾਲਾਂੀਆਂ ਲਾਉਣੀਆਂ ਉਹੀ ਥੱਲੇ ਹੋ ਜੇ ਕਰਨਾ ਆਪੋ ਮੇਰੇ ਡੈਡੀ ਨੂੰ ਵੀ ਬੱਸ ਜੇ ਕਿਤੇ ਜਾਣਦ ਰਹਿਣਾ ਉਹਨਾਂ ਨੂੰ ਕਹਿਣਾ ਵੀ ਯਾਰ ਵੀ ਤੂੰ ਕੋਈ ਸਿੱਧੇ ਕੰਮ ਲਾ ਲੈ ਇਹਨੂੰ ਨਾਲ ਨੂਰ ਲੈ ਕੇ ਆ ਖੇਤੀਬਾੜੀ ਚ ਬਾੜ ਮਾੜਾ ਮੋਟਾ ਵੀ ਇਹ ਤੇ ਜ਼ਿੰਮੇਵਾਰੀ ਪਾ ਵੀ ਕੁਝ ਸਿੱਖੇ ਵੀ ਆਦੇ ਨਾਲ ਰੱਖ ਮਤਲਬ ਖੇਤੀ ਚ ਵੀ ਇਹ ਇਹ ਕੰਮਾਂ ਚ ਕੀ ਆ ਉਹ ਆਏ ਕਹਿੰਦੇ ਸੀ ਤੁਸੀਂ ਖੇਤੀ ਵੀ ਕਰਦੇ ਹੋ ਹਾਂਜੀ ਹਾਂ ਬਾਈ ਖੇਤੀ ਕਰਦੇ ਹਾਂ ਤੇ ਤੁਸੀਂ ਕਿਸਾਨ ਇੱਕ ਤਾਂ ਮਰਚੇ ਤੇ ਵੀ ਫਿਰ ਗਏ ਹੋਗੇ ਹਾਂਜੀ ਹਾਂਜੀ ਜ਼ਰੂਰ ਬਾਈ ਗਏ ਸੀ ਤੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਲਈ ਸੰਦੇਸ਼ ਕੋਈ ਸਪੋਰਟ ਤਾਂ ਬਾਈ ਫੁੱਲੀ ਆ ਗਈ ਬਾਕੀ ਆਪਦੇ ਵੱਲੋਂ ਵੀ ਫੁੱਲੀ ਸਪੋਰਟ ਕਰੀ ਦੀ ਹੈਗੀ ਰੀਲ ਤੇ ਵੀਡੀਓ ਚਲਾ ਕੇ ਹਨਾ ਜੀ ਕਿਵੇਂ ਮਤਲਬ ਕਿ ਵੀਡੀਓ ਭਾਈ ਮੈਂ ਉਸ ਟੈਪ ਦੀ ਬਣਾ ਦੇਣਾ ਜਿਵੇਂ ਕਿ ਪਿੱਛੇ ਜ ਆਪਣੇ ਹਰ ਅਨਮੋਲ ਨੇ ਮਤਲਬ ਉਹ ਸੌਂਗ ਆਇਆ ਸੀਗਾ ਹਾਂਜੀ ਤਾਂ ਮੰਤਕ ਕੀ ਹੋਇਆਗਾ ਤੇ ਉਹਨੇ ਉਹਦੇ ਵਿੱਚ ਵੀ ਆਪਣਾ ਮਤਲਬ ਕਿ ਵੀਡੀਓ ਉਹਦੇ ਵਿੱਚ ਮੈਂ ਕੀਤਾ ਸੀਗਾ ਕਿ ਐਵੇਂ ਝੰਡਾ ਸੀਗਾ ਮੇਰੇ ਹੱਥ ਤੇ ਮੈਂ ਫਲਾਈਂਗ ਪੁਸ਼-ਅਪ ਕੀਤਾ ਸੀਗਾ ਤੇ ਤੁਸੀਂ ਕਦੇ ਮੋਡਲਿੰਗ ਲਾਈਨ ਕੀਤੀ ਹੋਵੇ ਹਾਂਜੀ ਹਾਂ ਭਾਈ ਹੁਣ ਥੋੜਾ ਜਿਹਾ ਟਾਈਮ ਹੋਇਆਗਾ ਤੇ ਮੈਂ ਸੌਂਗ ਦੇ ਵਿੱਚ ਕੰਮ ਕੀਤਾ ਇੱਕ ਪਰੈਟੀਪੂਲਰ ਨਾਲੇ ਕਿਹੜਾ ਸੌਂਗ ਸਾਉਂਗ ਹੈਗਾ ਜੀ ਟ੍ਰੈਂਡ ਹੁਣ ਆ ਚੁੱਕਾ ਹੈ ਕਿ ਨਹੀਂ ਆਉਣਾਗਾ ਬਾਈ ਹਜੇ ਬਸ 10-15 ਦਿਨਾਂ ਤੱਕ ਉਹਦੀ ਐਡੀਟਿੰਗ ਚੱਲ ਰਹੀ ਆ ਤੇ ਉਸ ਤੋਂ ਬਾਅਦ ਆ ਜਾਊਗਾ ਇੱਕ ਵਾਰੀ ਪਟਾਕਾ ਵਾਣਾ ਹਾਂਜੀ ਹਾਂ ਸੌਂਗ ਪੂਰਾ ਹੈ ਨਾ ਬਾਈ ਨੇ ਵੀ ਪੂਰਾ ਹੈ ਨਾ ਮਤਲਬ ਕਿ ਉਹਨਾਂ ਨੇ ਵੀ ਬਹਾਵਾ ਟਾਈਮ ਬਾਅਦ ਕਮਬੈਕ ਕੀਤਾ ਹੈ ਇੰਡਸਟਰੀ 'ਚ ਤੇ ਹੁਣ ਮਤਲਬ ਕਿ ਪੂਰਾ ਉਹਨਾਂ ਨੇ ਕਹਿੰਦੇ ਬਸ ਐਂਡ ਹੀ ਕਰਾਉਣਾਗਾ ਤੇ ਤੁਸੀਂ ਨਹੀਂ ਸੋਚਿਆ ਕਦੇ ਕਿ ਹਾਂ ਮੈਂ ਇਸ ਸਿੰਗਰ ਨਾਲ ਕਦੇ ਕੰਮ ਕਰਾਂ ਨਹੀਂ ਬਾਈ ਹਜੇ ਤੱਕ ਸੋਚਿਆ ਨਹੀਂ ਸੀਗਾ ਤੇ ਤੁਹਾਨੂੰ ਪ੍ਰੋਮੋਸ਼ਨਾਂ ਦਾ ਵੈਸੇ ਬਹੁਤ ਆਉਂਦੀਆਂ ਨੇ ਇੱਕ ਪ੍ਰੋਮੋਸ਼ਨ ਆ ਜਾਂਦੀ ਹੈ ਪ੍ਰੋਮੋਸ਼ਨ ਬਾਈ ਵਧੀਆ ਜਾਂਦੀ ਹੈ ਸੌਂਗ ਦੀ ਹੁੰਦੀ ਆ ਕੋਈ ਹੋਰ ਮਤਲਬ ਕਿ ਕੋਈ ਸ਼ਾਪ ਦੀਆਂ ਹੁੰਦੀਆਂ ਨੇ ਉਹਨਾਂ ਦੀਆਂ ਵੱਧੂ ਪ੍ਰੋਮੋਸ਼ਨਾਂ ਆਉਂਦੀ ਰਹਿੰਦੀਆਂ ਨੇ ਜੇ ਤੁਹਾਨੂੰ ਸੌਂਗ ਦੀ ਪ੍ਰੋਮੋਸ਼ਨ ਦਾ ਮਿਲੇ ਕੰਮ ਤਾਂ ਕਿਹਦੇ ਨਾਲ ਕਰੋਗੇ ਸੌਂਗ ਦੀ ਪ੍ਰੋਮੋਸ਼ਨ ਦਾ ਸੋਚਿਆ ਨਹੀਂ ਬਾਈ ਕਿ ਬਾਈ ਐਂ ਦੇਖੋ ਨਾ ਸੌਂਗ ਦਾ ਮੈਨੂੰ ਥੋੜਾ ਮੈਂ ਕੋਈ ਮੈਨੂੰ ਸੌਂਗ ਦੀ ਪ੍ਰੋਮੋਸ਼ਨ ਆਉਂਦੀ ਆਗੀ ਵੈਸੇ ਮੈਂ ਉਹਨੂੰ ਐ ਕਹਿ ਦਣਾ ਬਾਈ ਵੈਸੇ ਤਾਂ ਮੈਂ ਕਰਕੇ ਰਾਜ਼ ਨਹੀਂ ਕਿਉਂਕਿ ਬਾਈ ਮੈਨੂੰ ਪਤਾ ਕੀ ਹੁੰਦਾ ਕਿਉਂਕਿ ਮੈਂ ਡੇਲੀ ਇੱਕ ਨਵਾਂ ਮੂ ਡੇਲੀ ਦੀ ਡੇਲੀ ਮਤਲਬ ਕਿ ਐ ਤਾਂ ਹੈ ਨਹੀਂ ਵੀ ਇੱਕ ਚੀਜ਼ ਮੈਂ ਬੈਕ ਫਲਿੱਪ ਸਿੱਖ ਲਈ ਵੀ ਡੇਲੀ ਉਹੀ ਕਰਕੇ ਉਹਦੀ ਵੀਡੀਓ ਬਣਾ ਦੂੰਗਾ ਤੇ ਮੈਨੂੰ ਐ ਹੁੰਦਾ ਵੀ ਡੇਲੀ ਮਤਲਬ ਕਿ ਪੂਰੀ ਜ਼ੋਰ ਲਾ ਕੇ ਵੀਡੀਓ ਬਣਾ ਲਈ ਉਸ ਤੋਂ ਬਾਅਦ ਐ ਹੁੰਦਾ ਵੀ ਜਿਹੜਾ ਮੈਂ ਮੂਵ ਕਰਦਾਗਾ ਕੈਲਿਸਟੈਨਿਕ ਦਾ ਹਨਾ ਵੀ ਜਿਹੜਾ Song ਦਾ ਮਿਊਜ਼ਿਕ ਆ ਉਹਦੇ ਨਾਲ ਅਟੈਚ ਹੋਵੇ ਇਹ ਨਹੀਂ ਹੈਗਾ ਵੀ ਕੋਈ ਹੁਣ ਨਵਾਂ Song ਆਇਆ ਵੀ ਉਹ ਗਾਣਾ ਬੜਾ ਘੰਟਾ ਆ ਗਾਣਾ ਇਹ ਤੇ ਲਾਉਣੇ ਆਗੇ ਉਹ ਨਹੀਂ ਮੈਨੂੰ ਹੁੰਦਾ ਮੈਨੂੰ ਚਾਹੇ ਕੋਈ ਗਾਣਾ ਪੁਰਾਣਾ ਹੋਵੇ ਚਾਹੇ ਨਵਾਂ ਹੋਵੇ ਮੈਨੂੰ ਐ ਹੁੰਦਾ ਵੀ ਉਹ Song ਜਿਹੜਾ ਉਹਦੇ ਬਿਊਟੀ ਨਾਲ ਵੀ ਮੈਚ ਕਰੇ ਮਿਊਜ਼ਿਕ ਨਾਲ ਜਦੋਂ ਜੰਪ ਜਤਾ ਕਰਕੇ ਮੈਂ ਥੋੜੀ ਪ੍ਰੋਮੋਸ਼ਨ ਘਾਟੀ ਖੜਖਰੇ ਜਾਈਆਂ ਨਹੀਂ ਨਹੀਂ ਜੇ ਤੁਹਾਨੂੰ ਫੇਵਰੇਟ ਸਿੰਗਰ ਦੇ ਨਾਲ ਤੁਹਾਡੇ ਫੇਵਰੇਟ ਸਿੰਗਰ ਦੇ ਨਾਲ ਪ੍ਰੋਮੋਸ਼ਨ ਕਰਨ ਦਾ ਮੌਕਾ ਮਿਲੇ ਕਿਦਿਆਂ ਕਰੋਗੇ ਸਿੱਧੂ ਮਸੇਵਾਲਾ ਬਈ ਸਿੱਧੂ ਮਸੇਵਾਲਾ ਫੇਵਰੇਟ ਸਿੰਗਰ ਹੈ ਹਾਂਜੀ ਹਾਂ ਨਹੀਂ ਫੇਵਰੇਟ ਬਈ ਸਾਰੇ ਹੀ ਆਗੇ ਮੈਨੂੰ ਕਰਨਾ ਉਹਦਾ ਵੀ ਵਧੀਆ ਲੱਗਦਾ ਹੈ ਤੇ ਸਿੱਧੂ ਇਹ ਦੋਨੇ ਹੀ ਮਤਲਬ ਕਿ ਜੋ ਮੈਂ ਜੰਮ ਵੀ ਲਾਉਣਾ ਕੋਸ਼ਿਸ਼ ਵੀ ਕਰਦੇ ਹਾਂ ਦੋਨੋਂ ਦੇ ਗਾਣੇ ਚੱਲਦੇ ਹੁੰਦੇ ਆ ਕਿਉਂ ਬਸ ਬਈ ਮੋਟੀਵੇਟੀ ਵਾਲਾ ਕਰਦੇ ਆ ਕਿ ਗਾਣੇ ਚ ਤੰਤ ਜਾਂ ਹੁੰਦਾ ਵੀ ਹਾਂ ਯਾਰ ਚੱਲੀ ਚੱਲਣ ਤੋਂ ਕਰਾਣ ਤੇ ਤੁਹਾਨੂੰ ਕੀ ਲੱਗਦਾ ਦੋਨਾਂ ਚ ਕਿਹੜਾ ਬਸ Song ਸੁਣੀਦਾ ਮੈਨੂੰ ਜਦੋਂ ਕੋਈ ਉਹਦਾ ਨਵਾਂ ਆ ਜਾਂਦਾ ਉਹਦਾ ਦੋਨਾਂ ਚੋਂ ਕਿਹਦਾ Song ਜ਼ਿਆਦਾ ਵਧੀਆ ਲੱਗਦਾ ਕੋਈ ਤਾਂ ਹੋਏਗਾ ਜਿਹੜਾ ਵਧੀਆ ਲੱਗਿਆ ਹੋਏਗਾ Song ਦੋਨਾਂ ਚੋਂ ਬਾਈ ਸਿੱਧੂ ਮੂਸੇ ਵਾਲੇ ਦਾ ਜਿਹੜਾ ਆਇਆ ਸੀਗਾ ਆਪਣਾ ਚੱਲਣੋਂ ਹਟਾ ਤੇ ਮਿੱਠੀ ਇਹ ਲਾਦੇ ਕਰਨ ਔਜਲੇ ਦਾ ਜਿਹੜਾ ਆਇਆ ਸੀਗਾ ਬੰਦੂਕ ਬੰਦੂਕ ਹਾਂ ਜੀ ਕਿਉਂਕਿ ਭਾਈ ਆਈਆਂ ਦੇਖੋ ਜਦੋਂ ਕੋਈ ਨਵਾਂ ਗਾਣਾ ਆ ਜਾਂਦਾ ਤਾਂ ਉਹ ਵਧੀਆ ਲੱਗਣ ਲੱਗ ਜਾਂਦਾ ਉਦੋਂ ਸਿੱਧੂ ਮੂਸੇ ਦਾ ਕਾਟ ਦਿੰਦਾ ਉਹ ਨਵਾਂ ਉਹਦਾ ਵਧੀਆ ਲੱਗਣ ਲੱਗਦਾ ਫਿਰ ਕਰਨ ਉਹਦੇ ਨਾਲ ਆਈ ਚੱਲੀ ਜਾਂਦਾ ਬੰਦੂਕ ਤਾਂ ਫਿਰ ਯਾਦ ਵੀ ਆਉਣਾ ਨਹੀਂ ਭਾਈ ਜਾਦੇ ਗਾਣੇ ਨਹੀਂ ਮੇਰੇ ਯਾਦ ਰਹਿੰਦੇ ਤੇ ਤੁਹਾਨੂੰ ਮੈਂਸ਼ਨ ਕਿੰਨੇ ਕਰਦੇ ਨੇ ਇੰਸਟਾਗ੍ਰam ਤੇ ਮੈਂਸ਼ਨ ਭਾਈ 98 ਇੱਥੇ ਤੱਕ ਆ ਜਾਂਦੇ ਨੇ ਤੇ ਉਹਨਾਂ ਚ ਵਧੀਆ ਕਿੰਨੇ ਹੁੰਦੇ ਨੇ ਤੇ ਡੀਮੋਟੀਵੇਟ ਵਾਲੇ ਕਿੰਨੇ ਹੁੰਦੇ ਨੇ ਵਧੀਆ ਹੀ ਹੁੰਦੇ ਆ ਭਾਈ ਆਬਵੀਅਸਲੀ ਹਾਂ ਕਿਉਂਕਿ ਪਤਾ ਮੈਨੂੰ ਕਿਹਾ ਜਾਂਦਾ ਹੁੰਦਾ ਬਾਈ ਜਾਂ ਤਾਂ ਕਿਸੇ ਦੀ ਪੇਂਟਿੰਗ ਕਰੀ ਵੀ ਹੁੰਦੀ ਹੈਗੀ ਜਾਂ ਹਨਾ ਫਿਰ ਕੋਈ ਮਤਲਬ ਕਿ ਕੋਈ ਵਰਕਆਊਟ ਕਰ ਰਿਹਾ ਹੈਗਾ ਜਿਵੇਂ ਕਿ ਮੈਂ ਕਰ ਰਿਹਾ ਹੁੰਨਾਗਾ ਹਨਾ ਉਵੇਂ ਕੋਈ ਟੈਰਾ ਨਾਲ ਕਰ ਰਿਹਾ ਕੋਈ ਜੈਮ ਮਚਾ ਕੋ ਕਿਵੇਂ ਆ ਕੋ ਕਿਵੇਂ ਆ ਉਹਦੇ ਪਰ ਹੈਸ਼ਟੈਗ ਸੁਖ ਜੌਹਲ ਲਿਖਾਂਦਾ ਕਿਸੇ ਦਾ ਇਨਸਪਾਇਰਡ ਬਾਈ ਸੁਖ ਜੌਹਲ ਬਸ ਉਹ ਮੇਰੀਆਂ ਸਟੋਰੀਆਂ ਹੁੰਦੀਆਂ ਨੇ ਮੈਨੂੰ ਪਤਾ ਹੀ ਜਾਂਦੇ ਹੁੰਦਾ ਡੀਮੋਟੀਵੇਟ ਤੁਸੀਂ ਪੇਂਟਿੰਗ ਦੀ ਗੱਲ ਕੀਤੀ ਤੇ ਤੁਹਾਡੇ ਤੁਸੀਂ ਇਹ じゃ ਕਦੇ ਆਪਣੇ ਫੈਨ ਨੂੰ ਫੋਲੋ ਕੀਤਾ ਹੋਵੇ ਲਾਈਕ ਕੀਤਾ ਹੋਵੇ ਕਮੈਂਟ ਕੀਤਾ ਹੋਵੇ ਤੇ ਤੁਹਾਨੂੰ ਯਾਦ ਹੋਵੇ ਉਹ ਫੈਨ ਹਾਂਜੀ ਹਾਂ ਹਾਂ ਕਿਹ ਉਹ ਬਾਈ ਜਸਰਾਮ ਗੜੀਆ ਮੁੰਡਾ ਤੇ ਉਹ ਆਪਣਾ ਉਸ ਤੋਂ ਬਾਅਦ ਫੋਟੋ ਸ਼ੂਟ ਵੀ ਕਰਨ ਆਇਆ ਸੀਗਾ ਤੇ ਮਤਲਬ ਕਿ ਬਹੁਤ ਪੱਕਾ ਫੈਨ ਸੀਗਾ ਉਹਨੂੰ ਆਪਣਾ ਫੋਲੋ ਕੀਤਾ ਹੋਇਆ ਤੇ ਮਿਲ ਕੇ ਕਿਹੋ ਜਿਹੀ ਖੁਸ਼ੀ ਲੱਗੀ ਆਪਣੇ ਫੈਨ ਬਹੁਤ ਵਧੀਆ ਬਾਈ ਐ ਵਧੀਆ ਉਹਨੂੰ ਆਏ ਸੀਗਾ ਉਹ ਕਹਿੰਦਾ ਵੀ ਮੈਂ ਪਹਿਲਾਂ ਨਾਲ ਵੀ ਬਾਈ ਬਹੁਤ ਨਾਲ ਮਤਲਬ ਕਿ ਉਹ ਕੀਤਾਗਾ ਬਟ ਕਹਿੰਦਾ ਮੈਨੂੰ ਉਹਨਾਂ ਨਾਲ ਵਧੀਆ ਨਹੀਂ ਲੱਗਾ ਜਿੰਨਾ ਛੋਟੇ ਨਾਲ ਵਧੀਆ ਲੱਗਾ ਮੈਨੂੰ ਵੀ ਯਾਰ ਵੀ ਹਾਂ ਬੰਦਾ ਵਧੀਆ ਸੀਗਾ ਤੇ ਤੁਸੀਂ ਫਿਲਮਾਂ ਫੋਲਮਾਂ ਤਾਂ ਦੇਖਦੇ ਹੋਗੇ ਫਿਲਮਾਂ ਨਹੀਂ ਬਈ ਬਹੁਤ ਘੱਟ ਬਹੁਤ ਘੱਟ ਪਤਾ ਕੀ ਹੁੰਦਾਗਾ ਮੈਨੂੰ ਮੈਂ 24 ਘੰਟੇ ਮੇਰਾ ਈ ਚ ਹੀ ਸੋਚ ਰਹਿਂਦਾ ਵੀ ਹੁਣ ਕਿਹੜਾ ਸਿੱਖੂਗਾ ਕੀ ਸਿੱਖੂਗਾ ਕਿਉਂਕਿ ਮੈਨੂੰ ਨਾ ਮੂਵੀ ਦੇਖਣਾ ਵੇਸਟ ਟਾਈਮ ਲੱਗਦਾਗਾ ਵੀ ਤੋਂ ਮੂਵੀ ਦੇਖ ਲੈਣਾਗਾ ਕਿਉਂਕਿ ਉਹ ਕਿਹੜਾ ਸੱਚ ਹੁੰਦਾਗਾ ਜੇ ਕੋਈ ਮੋਟੀਵੇਟ ਮੂਵੀ ਚਲੋ ਉਹ ਵੱਖਰੀ ਗੱਲ ਆ ਗਈ ਹੈਨਾ ਬਟ ਇਹਨੂੰ ਮੈਂ YouTube ਤੇ ਇੱਕ ਗੱਲ ਸਿੱਖੀ ਸੀ ਕਿ ਮਤਲਬ ਕੋ ਮੋਟੀਵੇਸ਼ਨ ਵੀਡੀਓ ਚ ਹੀ ਕਿ ਤਾ ਕੋਈ ਮੂਵੀ ਦੇਖਦਾ ਫਨੀ ਮੂਵੀ ਦੇਖਦਾ ਜਾਂ ਕੋਈ ਪੁੱਤਾਂ ਵਾਲੀ ਕੋਈ ਮੂਵੀ ਦੇਖਦਾ ਵੀ ਇੱਕ ਤਰ੍ਹਾਂ ਦਾ ਟਾਈਮ ਵੇਸਟ ਆਗਾ ਜਦੋਂ ਮੇਰਾ ਕਦੇ ਵੀ ਜੀ ਵੀ ਕਰੇ ਜਾਂ ਵੀ ਆਹ ਫਿਰ ਮੈਂ ਸੋਚਦਾ ਨਾ ਵੀਰ ਇਹਦੇ ਵਿੱਚ ਮੈਨੂੰ ਫਾਇਦਾ ਕੋਈ ਮਿਲਣਾ ਨਹੀਂ ਮੈਂ ਐ ਕਰਦਾ YouTube ਤੇ ਜਾਣਾ ਕੋਈ ਕੈਲਿਸਟੈਨਿਕ ਦੇ ਨਵੇਂ ਮੂਵ ਦੇਖਦਾ ਵੀ ਉਹ ਚੋ ਕੁ ਦੇ ਕੇ ਸਿੱਖਾਂਗੇ ਤਾਂ ਸੀ ਮੈਂ ਉਹ ਐ ਕਰ ਲੈਣਾ ਹੁਣ ਹਾਂਜੀ ਹਾਂਜੀ ਤੇ ਤੁਸੀਂ ਦੱਸਿਆ ਤੁਹਾਨੂੰ ਕਰਨ ਆਉਂਦਾ ਸਿੱਧੂ ਵਧੀਆ ਲੱਗਦੇ ਨੇ ਹਾਂਜੀ ਹਾਂਜੀ ਤੇ ਐਕਟ੍ਰੈਸ ਕਿਹੜੀ ਵਧੀਆ ਲੱਗਦੀ ਹੈ ਫਿਰ ਅ ਐਕਟ੍ਰੈਸ ਮਤਲਬ ਕਿ ਆਪਣੇ ਪੰਜਾਬੀ ਫਿਲਮਾਂ 'ਚ ਹਾਂਜੀ ਅ ਪੰਜਾਬੀ 'ਚੋਂ ਬਾਈ ਸੋਨਮ ਵਧੀਆ ਲੱਗਦੇ ਹੋਏ ਸੋਨਮ ਬਾਜਾ ਕਿਉਂ ਵੈਸੇ ਬਾਈ ਉਹਨਾਂ ਦੀ ਐਕਟਿੰਗ ਵਧੀਆ ਲੱਗਦੀ ਹੈ ਐਕਟਿੰਗ ਵਧੀਆ ਲੱਗਦੀ ਹੈ ਤੇ ਤੁਸੀਂ ਤਾਂ ਕਹਿ ਰਹੇ ਤੁਸੀਂ ਫਿਲਮ ਨਹੀਂ ਦੇਖਦੇ ਤੇ ਐਕਟਿੰਗ ਕਿਵੇਂ ਦੇਖ ਉਸ ਤੋਂ ਬਾਅਦ ਮਤਲਬ ਕਿ ਤੋਂ ਮੈਂ ਹੁਣ 2 ਸਾਲਾਂ ਤੋਂ ਕੈਲਿਸਥੈਨਿਕਸ ਤੋਂ ਮੈਂ ਸਟਾਰਟ ਕੀਤੀ ਆ ਉਸ ਤੋਂ ਬਾਅਦ ਜਦੋਂ ਮੈਂ ਸਟਾਰਟ ਕੀਤੀ ਓਦੋਂ ਮੈਂ ਮੋਟੀਵੇਟਿਡ ਵੀਡੀਓ ਬਹੁលੀਆਂ ਦੇਖਣ ਲੱਗ ਗਿਆ ਸੀਗਾ ਕਦ ਆਪਣਾ ਸੋਨੂ ਸ਼ਰਮਾ ਗਾ ਸੰਦੀਪ ਮਹਾਸ਼ੇਵਰੀ ਗਾ ਹਨਾ ਬਾਈ ਇਹਨਾਂ ਦੀਆਂ ਮੈਂ ਵੀਡੀਓ ਬਹੁਤ ਜ਼ਿਆਦਾ ਦੇਖੀਆਂ ਮਤਲਬ ਕਿ ਨਜਾਇਜ਼ ਜੀ ਜਦੋਂ ਮੈਂ ਸਟਾਰਟ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਸਾਰਾ ਕੁਝ ਵੀ ਐ ਵੀ ਹਾਂ ਹੁਣ ਚੇਂਜ ਕਰੂ ਉਸ ਤੋਂ ਬਾਅਦ ਮੈਂ ਉਹ ਵੀ ਮਾਵੀ ਬਿਲਕੁਲ ਛੱਡਤੀ ਸੀਗੀ ਤੇ ਫਰੈਂਡ ਚੋਂ ਕੌਣ-ਕੌਣ ਸਪੋਰਟ ਕਰਦਾ ਪਿੰਡੋਂ ਮੁੰਡੇ ਆ ਬਾਈ ਆਪਣੇ ਨਾਲ ਥੋੜੇ ਘਰ ਦੂਰ ਆਗਾ ਪਾਲ ਆਉਦਾ ਨਾਲ ਮਤਲਬ ਕਿ ਸਰਨੇਮ ਆਪਣੇ ਪਾਲ ਜਹੌੜਾਗਾ ਤੇ ਉਹ ਵਧੀਆ ਸਪੋਰਟ ਕਰਦਾ ਵੀ ਆਪਣ ਨੂੰ ਤੇ ਪਹਿਲਾਂ ਤੁਹਾਨੂੰ ਫਰੈਂਡ ਤੁਹਾਡੇ ਡੀਮੋਟੀਵੇਟ ਵੀ ਕਰਦੇ ਹਉਣੇ ਉਹ ਵੀ ਕਈ ਬੰਦੇ ਹੋਣਗੇ ਜਿਹੜੇ ਛੱਡ ਗਏ ਹਾਂ ਹਾਂ ਬਾਈ ਕਰਦੇ ਹੁੰਦੇ ਸੀਗੇ ਜਦੋਂ ਮਤਲਬ ਕਿ ਮੈਂ ਵੀ ਵੀਡੀਓ ਪਾਉਂਦਾ ਸੀ ਬਟ ਮੇਰੀਆਂ ਵਾਇਰਲ ਨਹੀਂ ਹੁੰਦੀਆਂ ਸੀਗੀਆਂ ਵੀਡੀਓ ਤੇ ਉਹਨਾਂ ਨੇ ਜਦੋਂ ਮਨੋਂ ਕੋਲ ਜਾਣ ਉਹਨਾਂ ਨੇ ਕਹਿਣਾ ਆਹ ਦੇਖ ਯਾਰ ਆਹ ਵੀਡੀਓ ਐ ਬਣਾਉਂਦਾਗਾ ਤੂੰ ਐ ਬਣਾਇਆ ਕਰਗਾ ਤੂੰ ਉਹੀ ਆਹ ਕੁਝ ਦੇ ਕਰੀ ਜਾਂਦਾ ਰਹਿਣਾਗਾ ਉਦੋਂ ਇਦਾਂ ਹੁੰਦਾ ਸੀਗਾ ਤੇ ਉਸ ਟਾਈਮ ਤੁਸੀਂ ਕੀ ਸੋਚਦੇ ਸੀ ਫਿਰ ਉਸ ਟਾਈਮ ਬਾਈ ਮੈਂ ਸੋਚਦਾ ਸੀਗਾ ਵੀ ਯਾਰ ਵੀ ਮੈਂ ਨਾ ਕੋ ਕੋ ਵੱਖਰਾ ਕਰਨਾ ਚਾਹਣਾਗਾ ਵੀ ਇਹ ਵੀ ਇਹ ਚੀਜ਼ ਵੱਖਰੀ ਤਾਂ ਹੈਗੀ ਚਲੋ ਕੋਈ ਨਾ ਯਾਰ ਕਰੀ ਜਾਣ ਵੀ ਹੈ ਤਾਂ ਵੱਖਰੀ ਹੈ ਨਾ ਚੱਲਣਾ ਦਾ ਬਸ ਕੀ ਵੱਖਰਾ ਕਰਨਾ ਹੈ ਹੁਣ ਵੱਖਰਾ ਕੈਲਿਸਤਾਨੀ ਕਿ ਭਾਈ ਕੈਲਿਸਤਾਨੀ ਹਾਂਜੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਭਾਈ ਕੈਲਿਸਤਾਨੀ ਬਿਲਕੁਲ ਵੀ ਨਹੀਂ ਹੈਗੀ ਜਦੋਂ ਮੈਂ ਸਟਾਰਟ ਕੀਤੀ ਮਤਲਬ ਕਿ ਉਸ ਤੋਂ ਬਾਅਦ ਹੁਣ ਬਹੁਤ ਮੁੰਡੇ ਕਰਨ ਲੱਗੇ ਵਿੱਚ ਮੈਨੂੰ ਬਹੁਤ ਕਹਿੰਦੇ ਬਾਈ ਤੂੰ ਟਾਇਰਾਂ ਦੀ ਕਦਰ ਪਾਤੀ ਪਹਿਲਾਂ ਕੋਈ ਟਾਇਰ ਪਾਉਦਾ ਨਹੀਂ ਸੀਗਾ ਹੁਣ ਹਰੇਕ ਜੰਮ ਵਿੱਚ ਟਾਇਰ ਹੁੰਦਾ ਰੱਸਾ ਹੁੰਦਾਗਾ ਤੇ ਮੈਨੂੰ ਇਹ ਸੀਗਾ ਵੀ ਹਾਂ ਬਸ ਇਹ ਵੱਖਰਾਗਾ ਯੂਨੀਕ ਆ ਬਿਲਕੁਲ ਤੇ ਸਾਨੂੰ ਫਿਰ ਕੁੜੀਆਂ ਦੇ ਵੀ ਬੜ ਹਾਂਜੀ ਹਾਂ ਨੀਮ ਕਰਦੀਆਂ ਹੋਣੀਆਂ ਜੇ ਮਤਲਬ ਕਿੜੇ ਮੈਸੇਜ ਆਉਂਦੇ ਰਹਿੰਦੇ ਐ ਵੈਸੇ ਤਾਂ ਮੈਨੂੰ ਜ਼ਿਆਦਾਤਰ ਕੁੜੀਆਂ ਦੇ ਮਤਲਬ ਕਿ ਡਾਈਟ ਪਲਾਨ ਵਾਲਿਆਂ ਦੇ ਵੀ ਆਉਂਦੇ ਰਹਿੰਦੇ ਆਗੇ ਤੇ ਉਹਨਾਂ ਨਾਲ ਫਿਰ ਕੰਟੈਕਟ ਕਰਨਾ ਪੈਂਦਾ ਤੇ ਡਾਈਟ ਪਲਾਨ ਵੀ ਦੱਸਦੇ ਹੋ ਹਾਂਜੀ ਹਾਂਜੀ ਕਿੱਦਾਂ ਦੱਸਦੇ ਹੋ ਹੁਣ ਤਾਂ ਜਿਮ ਬੰਦ ਹੋ ਗਏ ਸੀਗੇ ਵੈਸੇ ਹਾਂਜੀ ਹਾਂਜੀ ਬੰਦ ਹੋ ਗਈ ਸੀ ਉਹੀ ਆ ਬਾਈ ਆਪਾਂ ਨਾ ਜਿਵੇਂ ਮੈਂ ਹੋਮ ਵਰਕਆਊਟ ਦਾ ਦੇਣਾ ਬੋਡੀ ਵੇਟ ਐਕਸਰਸਾਈਜ਼ ਮਤਲਬ ਕਿਵੇਂ ਕੋਈ ਮੈਸੇਜ ਕਰਦਾ ਬਾਈ ਸਾਨੂੰ ਡਾਈਟ ਤੇ ਵਰਕਆਊਟ ਪਲਾਨ ਚਾਹੀਦਾਗਾ ਉਹਨਾਂ ਤੋਂ ਆਪਾਂ ਇਨਫੋਰਮੇਸ਼ਨ ਮੰਗਾ ਲਈਦੇ ਬਾਈ ਆਪਣਾ ਹਾਈਟ ਦੱਸੋ weight ਦ ਕਹਿੰਦਾ ਵੀ ਮੈਨੂੰ 1 2 3 ਤੱਕ ਪਲਾਨ ਸੈਂਡ ਕਰ ਦੂੰਗਾ ਤੇ ਉਹ ਮਨੀ ਟਰਾਂਸਫਰ ਕਰ ਦਿੰਦਾ ਇਦਾਂ ਹੋ ਜਾਂਦਾ ਵੀ ਫਿਰ ਤੁਹਾਡੇ ਨਾਲ ਪ੍ਰੋਡਕਟ ਵਾਲੇ ਬੌਂਡ ਵੀ ਹੋਣੇ ਅ ਆਪਣ ਨਾਲ ਬਾਈ ਇੰਟਰਨੈਸ਼ਨਲ ਕੰਪਨੀ ਆ ਗਈ ਇੰਟਰਨੈਸ਼ਨਲ ਪ੍ਰੋਟੀਨ ਆਸਟ੍ਰੇਲੀਆ ਦਾ ਬ੍ਰਾਂਡ ਆਗਾ ਉਹ ਤੇ ਉਹਨਾਂ ਨਾਲ ਆਪਣਾ ਮਤਲਬ ਕਿ ਐਗਰੀਮੈਂਟ ਹੈਗਾ ਓਕੇ ਕੋਈ ਬਚਪਨ ਦੀ ਇਹੋ ਜੀ ਗੱਲ ਯਾਦ ਹੋਵੇ ਜਬਿੱਤੀ ਹੋਵੇ ਬਚਪਨ ਦੀ ਬਾਈ ਕਦੇ ਵਾਪਾ ਤੋਂ ਘੁੱਟ ਬਈ ਹੋਵੇ हां बापू ਨੇ ਬਈ ਇੱਕ ਵਾਰੀ ਗੋਟਾ ਬਚਪਨ ਦੇ ਵਿੱਚ ਮੈਂ ਬਈ ਵੈਸਤਾ ਮੈਂ 6ਵੀਂ 7ਵੀਂ ਤੱਕ ਮਤਲਬ ਕਿ ਫਰਸਟ ਹੀ ਆਇਆਗਾ ਮਤਲਬ ਕਿ ਫਰਸਟ ਪੋਜੀਸ਼ਨ ਨਹੀਂ ਆਉਂਦੀ ਹੁੰਦੀ ਸੀ ਮੇਰੀ ਪਰ ਹੁੰਦਾ ਕੀ ਸੀਗਾ ਮੈਂ ਸਕੂਲ ਨਹੀਂ ਸੀ ਜਾਂਦਾ ਹੁੰਦਾ ਮਤਲਬ ਕਿ ਸਾਰਾ ਸਾਲ ਸਕੂਲ ਨਹੀਂ ਜਾਂਦਾ ਹੁੰਦਾ ਉਦੋਂ ਬੜੀ ਕਦੇ ਮੈਂ ਭੱਜ ਜਾਣਾ ਕਦੇ ਕੀ ਕਰਨਾ ਇੱਕ ਵਾਰੀ ਮੈਂ ਟਾਂ ਤੇ ਲੌਗ ਗਿਆ ਸੀਗਾ ਫਿਰ ਤੁਸੀ ਤਾਂ ਜਾਣਾ ਸੀਗਾ ਤੇ ਮੈਂ ਟਾਂ ਤੇ ਜਾ ਕੇ ਪੈ ਗਿਆ ਟਾਂ ਤੇ ਪਿੰਡ ਚ ਸਾਰੇ ਘਰ ਦੇ ਲੱਭੀ ਗਏ ਕੋਈ ਤੇ ਨਾਲ ਲੱਭਿਆ ਕਹਿੰਦੇ ਵੀ ਚਲੋ ਉਹ ਕਰਦੇ ਆਂ ਵੀ ਪਿੰਡ ਚ ਰੇੜੂ ਇਹ ਤਾਂ ਬੁਲਾ ਦਿੰਨਾ ਪਿੰਡ ਚ ਰੇੜੂ ਵਿੱਚ ਵੀ ਬੁਲਾਤਾ ਵੀ ਆ ਮੁੰਡਾ ਜੇ ਕਿਸੇ ਨੇ ਦੇਖਿਆ ਹੋਵੇ ਕਿਸੇ ਨੂੰ ਨਾ ਬਦਲਾ ਦੁਪਹਿਰ ਇਹ 12 1 2 ਵਜ ਗਈ 1 2 ਵਜੇ ਕਿਤੇ ਮੈਂ ਉੱਥੇ ਟਾਣ ਤੇ ਪਿਆ ਪਿਆ ਉਪਰੀ ਸੌਂ ਗਿਆ ਉਹ ਕਿਤੇ ਬਾਹਲਟੀ ਚ ਲੱਤ ਵਜੀ ਉਹ ਬਾਹਲਟੀ ਖੜਕਾ ਕੀਤਾ ਫੇ ਸਾਰਿਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਟਾਣ ਤੇ ਹੀ ਪਿਆਗਾ ਫਿਰ ਬਾਪੂ ਨੇ ਕੁੱਟਿਆ ਮੇਰੇ ਬਾਪੂ ਨੇ ਨਹੀਂ ਬਾਈ ਕਦੇ ਵੀ ਕੁੱਟਿਆ ਹੈਗਾ ਮੰਮੀ ਤੋਂ ਭੈਣਾਂ ਤੋਂ ਇਹਨਾਂ ਨੇ ਬਹੁਤ ਕੁੱਟ ਖਾਧਾ ਭੈਣਾਂ ਨਾਲ ਤਾਂ ਸਾਰੇ ਲੜਦੇ ਰਹਿੰਦੇ ਆ ਹਾਂ ਤੇ ਆਪਣੀ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ ਹੁਣ ਆਪਾਂ ਇੱਕ ਗੇਮ ਖੇਡਦੇ ਆ ਹਾਂਜੀ ਜਰੂਰ ਜੀ ਮੈਂ ਤੁਹਾਨੂੰ ਨਾ ਜੀ ਫੜ ਕੇ ਗਾਣਾ ਸੁਣਾਉਣਾ ਪੈਣਾ ਜੀ ਫੜ ਕੇ ਹਾਂਜੀ ਜੀ ਸੁਣਾਉਣਾ ਮੇਰਾ ਫੇਵਰੇਟ ਮੂਸੇ ਵਾਲਾ ਦੀ ਸੁਣਾ ਦਿੰਨਾ ਜੀ ਹੂੰ ਫੇਵਰੇਟ ਗਾਣਾ ਫਿਰ ਭਾਈ ਬੋਲਿੰਗ ਨਿਕਲਦਾ ਗਾ ਬੋਲਿੰਗ ਨਿਕਲਦਾ ਤੇਰੇ ਤੇ 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 ਗਾਇਨਾ ਲੱਗ ਗਏ ਇਹ ਤਾਂ ਲੈਣਾ ਹਟਾ ਦੇ ਦਿੱਤੀਏ ਜਿੰਦਾ ਵੱਡ ਲੋ ਬੜੀ ਨਹੀਂ ਜਾਂਦੇ ਆਪ ਸੇ ਵਗ ਜਾਂਦੀ ਆਪ ਦੇ ਆਪ ਹੀ ਆਟੋਮੈਟਿਕ ਕੀਤੀ ਜਾਂਦੀ ਓਈ ਚਾ ਕੋਈ ਨਾ ਛੱਡੋ ਤੇ ਤੁਹਾਡੇ ਕੰਪੀਟੀਟਰ ਵੀ ਹੋਣਗੇ ਇਸ ਲਾਈਨ ਚ ਫਿਰ ਅ ਕੰਪੀਟੀਟਰ ਹੇ ਤੱਕ ਦਾ ਬਾਈ ਕੋਈ ਨਹੀਂ ਹੈਗਾ ਕਿਉਂਕਿ ਬਾਈ ਹੁਣ ਨਾ ਜਦੋਂ ਮਤਲਬ ਕਿ ਪਹਿਲਾਂ ਹੁੰਦੇ ਸੀਗੇ ਮੁੰਡੇ ਜਮ ਕਰਦੇ ਰਹਿੰਦੇ ਸੀਗੇ ਮਤਲਬ ਕਿ ਐ ਹੁੰਦਾ ਸੀ ਹਾਂ ਜੰਮ ਦੇ ਵਿੱਚ ਉਹ ਵਰਕਆਊਟ ਜਾਂ ਵੀਡੀਓ ਵੀ ਉੱਥੇ ਬਣਾਉਂਦੇ ਸੀ ਜਦੋਂ ਜਦੋਂ ਦਾ ਬੱਟ ਮੈਂ ਹੁਣ ਕਰਨ ਲੱਗਿਆ ਕੈਲਿਸਟੈਨਿਕ ਪਹਿਲਾਂ ਘਰੇ ਕਰਦਾ ਸੀ ਹੁਣ ਖੇਚ ਚ ਕਰਨ ਲੱਗਿਆ ਉਸ ਤੋਂ ਬਾਅਦ ਚ ਮੁੰਡੇ ਹਨਾ ਸਾਰੇ ਕਰਨ ਲੱਗ ਗਏ ਮੈਨੂੰ ਉਹਨਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਬਾਈ ਵੀ ਹਾਂ ਯਾਰ ਵਧੀਆ ਹੈਗਾ ਤੇ ਕੰਪੀਟੀਟਰ ਮੈਨੂੰ ਨਾ ਹੀ ਬਾਈ ਹੈ ਨਹੀਂ ਕੋਈ ਕੰਪੀਟੀਟਰ ਨਾ ਮੈਂ ਕੋਈ ਦੇਖਦਾ ਹੀ ਆ ਵੀ ਨਾ ਮੈਂ ਕੋ ਸੋਚਦਾ ਹੀ ਨਹੀਂ ਜੇ ਕੋਈ ਮੈਥੋਂ ਵਧੀਆ ਵੀ ਜ਼ਿਆਦਾ ਵੀ ਕੋਈ ਹੁੰਦਾ ਹਨਾ ਮੈਂ ਸੋਚਦਾ ਨਹੀਂ ਵੀ ਨਾ ਯਾਰ ਕੰਪੀਟਰ ਮੈਂ ਤਾਂ ਕੋ ਸਿੱਖ ਲੈਣਾ ਬਈ ਜੇ ਉਹਦਾ ਕੋਈ ਮੂਵ ਵਧੀਆ ਕੀਤਾ ਹੋਣਾ ਹੁੰਦਾਗਾ ਜਿਵੇਂ ਕੋਈ ਵੀ ਆ ਹਨਾ ਮੈਂ ਤਾਂ ਹਾਈ ਲੈਵਲ ਤੇ ਆ ਮੈਂ ਉਹਨੂੰ ਦੇਖ ਕੇ ਉਹਦਾ ਮੂਵ ਸਿੱਖ ਲੈਣਾ ਫਿਰ ਆਪ ਟਰਾਈ ਕਰਦਾ ਪਰ ਇਹ ਨਹੀਂ ਮੈਸੂਦ ਆ ਵੀਰ ਇਹ ਤਾਂ ਕੰਪਿਊਟਰ ਜਾਇ ਮੈਂ ਨਹੀਂ ਤਾ ਨਹੀਂ ਤੇ ਜਿੱਦਾਂ ਕਿ ਅੱਜ ਕੱਲ ਦੀ ਯੰਗ ਜਨਰੇਸ਼ਨ ਹੈ ਤੁਸੀਂ ਜਾਣਦੇ ਹੋ ਕਿ ਬਹੁਤੇ ਮੁੰਡੇ ਗਲਤ ਕੰਮਾਂ ਦੇ ਵੀ ਪੈ ਨਸ਼ੇ ਕਰਨ ਲੱਗ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਵੇਂ ਮੋਟੀਵੇਟ ਕਰੋਗੇ ਨਸ਼ਿਆਂ ਦੇ ਵਿੱਚ ਭਾਈ ਦੇਖੋ ਮੈਂ ਵੀ ਭਾਈ ਬਹੁਤ ਨਸ਼ੇ ਕੀਤੇ ਆਗੇ ਹਨਾ 4 ਸਾਲ ਤੱਕ ਮੈਂ ਟੋਟਲੀ ਨਸ਼ੇ ਨਸ਼ੇ ਕੀਤੇ ਆਗੇ ਮਤਲਬ ਕੋਈ ਨਸਾ ਛੱਡਾ ਨਹੀਂ ਹੈਗਾ ਤੇ ਉਹਦੇ ਵਿੱਚ ਬਾਈ ਇਹ ਹੁੰਦਾਗਾ ਬੰਦਾ ਚੌੜ-ਚੌੜ ਚ ਲੱਗ ਜਾਂਦਾ ਹਾਂਜੀ ਕਿਉਂਕਿ ਮੈਂ ਵੀ ਬਾਈ ਚੌੜ-ਚੌੜ ਦੀ ਲੱਗ ਹੈਗਾ ਵੀ ਹਾਂ ਯਾਰ ਵੀ ਇੱਕ ਵਾਰੀ ਤਾਂ ਲਾਉਣਾਗਾ ਇਹਦੇ ਵਿੱਚ ਕੀ ਹੈਗਾ ਤੇ ਉਸ ਤੋਂ ਬਾਅਦ ਉਹ ਨਹੀਂ ਬਾਈ ਮਤਲਬ ਕਿ ਮੇਨ ਗੱਲ ਹੁੰਦੀ ਜਦੋਂ ਬੰਦਾ ਲੱਗ ਜਾਂਦਾ ਮੇਨ ਗੱਲ ਐ ਹੁੰਦੀ ਵੀ ਜਦੋਂ ਬੰਦੇ ਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਉਸ ਤੋਂ ਬਾਅਦ ਉਹ ਨੂੰ ਐ ਹੁੰਦਾ ਵੀ ਯਾਰ ਵੀ ਨਸਾ ਮੈਂ ਨਹੀਂ ਛੱਡ ਸਕਦਾ ਹੈਗਾ ਇਹ ਜੇ ਮੈਂ ਛੱਡ ਤਾ ਤਾਂ ਮਰ ਜੂਗਾ ਮੈਂ ਉਹਨਾਂ ਦੱਸਣਾ ਚਾਹਣਾ ਬਾਈ ਵੀ ਉਹ ਗੱਲ ਇੱਕ ਸਿਰਫ ਦਿਮਾਗ ਦੀ ਹੁੰਦੀ ਆ ਜੇ ਆਪਾਂ ਦਿਮਾਗ ਤੇ ਕੰਟਰੋਲ ਕਰਦੀ ਹੁਣ ਮੈਂ 4 ਸਾਲ ਤੱਕ ਮਤਲਬ ਕੋਈ ਨਸ਼ਾ ਨਹੀਂ ਛੱਡਿਆ ਹੈਗਾ ਤੇ ਸਾਰਿਆਂ ਨੇ ਮਤਲਬ ਘਰ ਦੇ ਕਹਿੰਦੇ ਹੁੰਦੇ ਸੀਗੇ ਵੀ ਮਤਲਬ ਕਿ ਲੋਕ ਕਹਿੰਦੇ ਤੁਸੀਂ ਵੀ ਤੁਸੀਂ ਨੂੰ ਸੈਂਟਰ ਛੱਡ ਦੋ ਪਰ ਆਪਨੇ ਘਰ ਦੇ ਨੇ ਬਾਈ ਸੈਂਟਰ ਨਹੀਂ ਛੱਡਿਆ ਹੈਗਾ ਮੈਨੂੰ ਤੇ ਜਿਹੜੇ ਮੇਰੇ ਨਾਲ ਦੇ ਮੁੰਡੇ ਸੀਗੇ ਉਹ ਸੈਂਟਰ ਵੀ ਛੱਡ ਤੇ ਸੈਂਟਰ ਚੋਂ ਮੁੜ ਵੀ ਆਏ ਉਹ ਹਜੇ ਵੀ ਨਸ਼ਾ ਕਰਦੇ ਆ ਗੱਲ ਇਹ ਹੈ ਵੀ ਆਪਾਂ ਦਿਮਾਗ ਤੇ ਵੀ ਆਪਣੀ ਫੈਮਿਲੀ ਦੀ ਸਪੋਰਟ ਹੋਵੇ ਜੇ ਆਪਾਂ ਕਦੇ ਬੈਠ ਕੇ ਸੋਚੀਏ ਵੀ ਜਰ ਵੀ ਪਹਿਲਾਂ ਵੀ ਮੈਸੇਜ ਹੈਗਾ ਸੀ ਵੀ ਕੋਈ ਹੋਰ ਦੁਨੀਆ ਚ ਜਾ ਕੇ ਦੇਖੇ ਮਰ ਕਹਿਣ ਦਾ ভাব ਕੇ ਕਿਉਂਕਿ ਬਾਈ ਨਸ਼ੇ ਮੈਂ ਜਦੋਂ ਸੋਚੇ ਮੈਂ ਇਹੀ ਸੋਚਿਆ ਸੀਗਾ ਵੀ ਜੇ ਇੱਕ ਮੈਂ ਹੋਰ ਦੁਨੀਆ ਜਾ ਕੇ ਦੇਖਦਾ ਵੀ 4 ਸਾਲ ਮੈਂ ਬਹੁਤ ਆਪਦੇ ਇੰਜੋਏ ਕਰ ਲੈ ਜੀ ਲਿਆ ਵੀ ਆਪਦੇ ਲਈ ਵੀ ਜੀਵਾਂਗਾ ਹਨਾ ਵੀ ਕਰਦੇ ਨੇ ਨਾਮ ਦਾ ਸਾਰਾ ਕੁਝ ਕੀਤਾਗਾ ਵੀ ਹੁਣ ਵੀ ਕਿਸੇ ਨੂੰ ਖੁਸ਼ੀ ਦੇ ਕੇ ਦੇਖਦੇ ਆ ਮਾਂ ਪਿਓ ਨੂੰ ਖੁਸ਼ੀ ਦੇ ਕੇ ਦੇਖਦੇ ਆ ਵੀ ਗੱਲ ਇਹ ਹੈ ਬਾਈ ਦਿਮਾਗ ਤੇ ਜਾਪਾ ਦਿਮਾਗ ਤੇ ਸੋਚ ਲਈ ਆਪਾਂ ਨੂੰ ਕੋਈ ਦਵਾਈ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਤੇ ਪਹਿਲਾਂ ਤੁਸੀਂ ਨਸ਼ੇ ਕਰਦੇ ਸੀ ਜਦੋਂ ਠੀਕ ਹੈ ਫਸਟ ਟਾਈਮ ਤੁਹਾਡੇ ਮਾਪਿਆਂ ਨੂੰ ਬਹੁਤ ਦੁੱਖ ਹੁੰਦਾ ਹੈ ਹੁਣ ਤਾਂ ਖੁਸ਼ੀ ਹੁੰਦੀ ਹੈ ਕਿਸੇ ਕੋ ਹਾਂਜੀ ਹਾਂ ਬਈ ਹਾਂ ਮੁੰਡਾ ਕੁਝ ਵਧੀਆ ਕਰ ਰਿਹਾ ਹੈ ਹਾਂਜੀ ਹਾਂ ਠੀਕ ਹੈ ਕਿੰਦਾਂ ਦੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਖੁਸ਼ੀ ਭਾਈ ਬਸ ਆਈ ਆ ਕੇ ਦੇਖੋ ਹਾਂ ਡੈਡੀ ਆਪਣਾ 24 ਘੰਟੇ ਬਸ ਐ ਹਾਂ ਪੂਰਾ ਮੇਰੀਆਂ ਵੀਡੀਓ ਦੇਖੀ ਜਾਊਗਾ ਇੰਟਰਵਿਊ ਦੇਖਣ ਲੱਗ ਜਾਗੇ ਤੇ ਪਹਿਲਾਂ ਹੋਈਆਂ ਵੀਆ ਤੇ ਆਈਆਂ ਮਤਲਬ ਕਿ ਦਿੱਲੀ ਕਦੇ ਕੋਈ ਆ ਗਿਆ ਬਾਈ ਮਿਲਣਾ ਕਦੇ ਕੋਈ ਆ ਗਿਆ ਕਿ ਜਿਵੇਂ ਬਾਹਰ ਬਾਗੇ ਉੱਥੇ ਬਾਈ ਫੋਟੋ ਸੁੱਖਜੋਲ ਬਾਈ ਫੋਟੋ ਸੁੱਖਜੋਲ ਬੰਦੇ ਕੋਈ ਪਸਦੇ ਰਹਿੰਦੇ ਆਗੇ ਉਹ ਸੁੱਖਜੋਲ ਵੀ ਥੋੜਾ ਲੜਕਾ ਗਾ ਐਵੇਂ ਬੋਲ ਕੇ ਖੁਸ਼ੀ ਤਾਂ ਹੁਣ ਬਸ ਪੁੱਛੇ ਨਾ ਤੇ ਤੁਹਾਡਾ ਇਹਦੇ ਨਾਲ ਕੋਈ ਸੋਸ਼ਲ ਮੀਡੀਆ ਨਾਲ ਦਾ ਡ੍ਰੀਮ ਵੀ ਹੋਵੇ ਓ ਬਾਈ ਉਹ ਤਾਂ ਇਹ ਸੀਗਾ ਕਿ ਇੱਕ ਤਾਂ ਮੈਨੂੰ ਆਇਆ ਵੀ ਬਲੂ ਟਿਕ ਦਾਗਾ ਬਲੂ ਟਿਕ ਜਲਦੀ ਜਲਦੀ ਵੈਰੀਫਾਈ ਹੋਵੇ ਅਕਾਊਂਟ ਵੀ ਹਾਂ ਜਰ ਮੈਨੂੰ ਪਤਾ ਲੱਗੇ ਵੀ ਠੀਕ ਆ ਇਹੀ ਆ ਬਾਈ ਬਾਕੀ ਇਹ ਮਤਲਬ ਇਦਾਂ ਹੈਗਾ ਵੀ ਕੈਲਿਸਥੈਨਿਕ ਆਪਣੇ ਪੰਜਾਬ ਦੇ ਵਿੱਚ ਆ ਜੇ ਵੀ ਕੱਲ ਨੂੰ ਜੇ ਕੋਈ ਜਾਣੇ ਵੀ ਕੈਲਿਸਥੈਨਿਕ ਨਾਮ ਉਹ ਬੰਦਾ ਕਰੇ ਵੀ ਸੁਖ ਜੌਹਲ ਨੇ ਸ਼ੁਰੂ ਕੀਤੀ ਸੀਗੀ ਤੇ ਤੁਸੀਂ ਸਾਡੇ ਪਲੇਟਫਾਰਮ 'ਤੇ ਆਈ ਆਪਣੇ ਫੈਨਸ ਜਾਂ ਫਿਰ ਯੂਜ਼ਰ ਨੂੰ ਕੁਝ ਵਧੀਆ ਸੰਦੇਸ਼ ਦੇਣਾ ਜਾਓਗੇ ਹਾਂਜੀ ਬਾਈ ਇਹ ਉਹਨਾਂ ਲਈ ਹੀ ਸੰਦੇਸ਼ ਆਗਾ ਕਿ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਉਹਨਾਂ ਨੂੰ ਥੈਂਕ ਯੂ ਬਹੁਤ ਬਹੁਤ ਲਵ ਯੂ ਕਿਉਂਕਿ ਬਾਈ ਉਹਨਾਂ ਦੀ ਸਪੋਰਟ ਕਰਕੇ ਹਨਾ ਇੱਥੇ ਤੱਕ ਆਏ ਆਗੇ ਜੇ ਉਹ ਆਪਾਂ ਨੂੰ ਮਤਲਬ ਕਿ ਫੋਲੋ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਹਨਾ ਇਸੇ ਕਰਕੇ ਇੱਥੇ ਬੈਠੇ ਆ ਠੀਕ ਆ ਬਾਈ ਤੇ ਬਾਕੀ ਬਾਈ ਉਹਨਾਂ ਨੂੰ ਪਿਆਰ ਆ ਬਹੁਤ ਲਵ ਯੂ ਸਾਰਿਆਂ ਨੂੰ ਤੇ ਮੇਰਾ ਆਖਰੀ ਕੁਐਸਚਨ ਤੁਸੀਂ ਇੰਸਟਾਗ੍ਰਾਮ 'ਚ ਕਿੰਨੇ ਕ ਫੋਲੋਅਰਸ ਦਾ ਗੋਲ ਲੈ ਕੇ ਚੱਲੇ ਹੋ ਵੈਸੇ bro ਮੈਂ ਸੋਚਦਾ ਹੁਣਾ ਕਿ ਉਦੋਂ ਵੀ ਮਹੱਤਵ ਵੈਸੇ ਕੋਈ ਸੋਚਦਾ ਹੀ ਨਹੀਂ ਹੈਗਾ ਮੈਨੂੰ ਐਂਦਾ ਬਸ ਚੱਲੀ ਜਾਣਾ ਹੂੰ ਬਟਾ ਵੈਸੇ ਫਿਰ ਵੀ ਹੁੰਦਾਗਾ ਵੀਰ ਹਾਂ ਵੀ 6-7 ਮਿਲੀਅਨ ਤਾਂ ਹੋਣ 6-7 ਮਿਲੀਅਨ ਹਾਂ ਸੋ ਇਹ ਸੀ ਸਾਡੇ ਨਾਲ ਸੁਖਜੋਲ ਦੀ ਫੇਰ ਮਿਲਾਂਗੇ ਇਹ ਜੋ ਉੱਪਰ ਦੇ ਸਤਾਰੇ ਨਾਲ ਸ਼ਸ਼ਟ੍ਰੇ ਕਾਲ 35 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ